ਅਸਲਾਮੁਅਲੈਕਮ ਸਿਆਣੇ ਕਹਿੰਦੇ ਵੀ ਕਸਾਈ ਦਾ ਘਾ ਕੱਟਾ ਕਿਵੇਂ ਖਾਵੇ ਬਿਨਿੱਕੇ ਲਾ ਤੋ ਸੁਣਦੇ ਆਨੇ ਆ ਵੀ ਜਿਹੜਾ ਕਿਸਾਨ ਹੈ ਮੁਲਕ ਦੀ ਰੀੜ ਦੀ ਹੱਡੀ ਹੈ ਵੀ ਇਹ ਗੱਲ ਸੁਣ ਸੁਣ ਕੇ ਸਾਡੇ ਕੰਨ ਪੱਕ ਗਏ ਸਿਆਣੇ ਕਹਿੰਦੇ ਆ ਵੀ ਰੀੜ ਦੀ ਹੱਡੀ ਨੂੰ ਮਾਸਾ ਵੀ ਠੋਕਰ ਲੱਗ ਜੇ ਨਾ ਬੰਦਾ ਪੈਰਾਂ ਤੇ ਨਹੀਂ ਖਲੋ ਸਕਦਾ ਮੈਂ ਹੈਰਾਨ ਇਸ ਗੱਲ ਤੋਂ ਵੀ ਇਹ ਰੀੜ ਦੀ ਹੱਡੀ ਨੂੰ ਚੂਰਾ ਕਰਕੇ ਤੇ ਇਹ ਪੈਰਾਂ ਤੇ ਖਲੋਣ ਨੂੰ ਫਿਰਦੇ ਆ ਇਹ ਇਦਾਂ ਖਲੋਜਣਗੇ ਪੈਰਾਂ ਤੇ ਇੱਕ ਕਦੀ ਵੀ ਨਹੀਂ ਖਲੋ ਸਕਦੇ ਵੀ ਬਿਗੈਰ ਤੇਲ ਤੋਂ ਦੀਵਾ ਬਾਲਣ ਨੂੰ ਫਿਰਦੇ ਸਿਆਣੇ ਕਹਿੰਦੇ ਵੀ ਬਾਬਿਆਂ ਬਿਨਾ ਬੱਕਰੀਆਂ ਨਹੀਂ ਚਰਦੀਆਂ ਜਿੰਨੀਆਂ ਮਰਜੀ ਅੱਖਾਂ ਨੋਟ ਲੋ ਇਹ ਬਿੱਲੀ ਨਹੀਂ ਦੂਰ ਜਾਣ ਲੱਗੀ ਇਸ ਟਾਈਮ ਕਿਸਾਨ ਦੇ ਹਾਲਾਤ ਬਹੁਤ ਖਰਾਬ ਕਿਸਾਨ ਦਾ ਚੁੱਲ੍ਹਾ ਬੁਝਿਆ ਪਿਆ ਕੋਈ ਵਾਲੀ ਵਾਰਸ ਨਹੀਂ ਹੈ ਕਿਸਾਨ ਦਾ ਵੀ ਵੱਡੀਆਂ ਫਸਲਾਂ ਮੱਕੀ ਤੇਲ ਝੋਨਾ ਸਾਰਾ ਖਰਾਬ ਹੋਇਆ ਕਣਕ ਖਰਾਬ ਹੋਈ ਉਹ ਨਰਮਾ ਰਹਿ ਗਿਆ ਸੀ ਉਹ ਮੀਨਾ ਖਰਾਬ ਹੋ ਗਿਆ ਵੀ ਕੋਈ ਸੋਕੇ ਨਾ ਮਰ ਗਈਆਂ ਕੋਈ ਡੋਬੇ ਨਾ ਮਰ ਗਈਆਂ ਕਿਸਾਨ ਇਸ ਟਾਈਮ ਮਰਿਆ ਪਿਆ ਦੱਸਦਿਆਂ ਵੀ ਬਾਹਰਲੇ ਮੁਲਕਾਂ ਦੇ ਵਿੱਚ ਇਦਾਂ ਦੀ ਕੋ ਆਫਤ ਆਵੇ ਜਾਂ ਕੋ ਫਸਲ ਖਰਾਬ ਹੋ ਜਾਈਏ ਉਹ ਕਿਸਾਨਾਂ ਦੀ امداد ਕਰਦੇ ਇਦਾਂ ਦੇ ਉੱਥੇ ادارے ਬਣੇ ਸਾਡੇ ਮੁਲਕ 'ਚ ਵੀ ਕੋਈ ਇਦਾਂ ਦਾ ਆਦਾਰਾ ਹੋਵੇ ਜਿਹੜਾ ਕਿਸਾਨਾਂ ਨਾਲ ਇਦਾਂ ਜੁੜਿਆ ਹੋਵੇ ਉਹਨੂੰ ਪਤਾ ਹੋਵੇ ਵੀ ਕੋ ਫਸਲ ਖਰਾਬ ਹੋ ਗਈ ਹੈ ਜਾਂ ਕੋ ਖੁਦਾਈ ਆਫਤ ਹੋਈ ਹੈ ਤੇ ਇਹਨਾਂ ਦੀ امداد ਹੋਣੀ ਚਾਹੀਦੀ ਹੈ ਵੀ ਇਸ ਰੀੜ ਦੀ ਹੱਡੀ ਨੂੰ ਬਚਾਉਣਾ ਪੈਣਾ ਤਾਂ ਜਾ ਕੇ ਮੁਲਕ ਪੈਰਾਂ ਤੇ ਖੜਾ ਹੋਊਗਾ ਪਰ امداد ਹੋਵੇ ਉਹ ਅਗਲੇ ਤੁਸੀਂ ਤਾਂ ਸਾਡੇ ਜੇਬਾਂ ਚ ਕਢਾਈ ਜਾਂਦੇ ਆਂ ਅਮਦਾਨ ਤਾਂ ਇੱਕ ਪਾਸੇ ਕੋਈ ਬਿਲਾਂ ਦੇ ਰਹੀਂ ਕੋ ਕਿਸੇ ਰਹੀਂ ਉਹ ਅਮਦਾਨ ਤਾਂ ਕੀ ਹੋਣੀ ਸਾਡੀ ਇੱਥੇ ਤਾਂ ਉਹ ਹਿਸਾਬ ਆ ਵੀ ਕੋ ਜਨਾਨੀ ਨਾ ਵੇੜਾ ਪੇ ਲੀਪੇ ਤੇ ਬਾਹਰ ਕੋਈ ਫਕੀਰ ਆਇਆ ਉਹਨੇ ਬੁਝਕੀ ਜੀ ਪਾਈ ਹੋਈ ਆਟੇ ਵਾਲੀ ਇੰਨਾ ਕਾਟਾ ਤੇ ਬੂਹਾ ਖੜਕਾਇਆ ਵੀ ਕਹਿੰਦਾ ਬੀਬੀ ਕੋ ਅੱਲਾ ਦੇ ਨਾਮ ਤੇ ਖਰਾਤ ਪਾ ਕੋਈ ਲਾ ਪਾਟੇ ਦੀ ਉਹ ਕਹਿੰਦੀ ਵੀ ਮੈਰੇ ਤਾਂ ਹੱਥ ਲਿਬੜਿਆ ਮੈਂ ਵੇੜਾ ਲੇਪ ਰਹੀ ਆ ਵੀ ਤੂੰ ਘਰੇ ਕੋਈ ਨਹੀਂ ਜਾ ਕੇ ਨਾ ਪੜੋਲੀ ਦੇ ਵਿੱਚੋਂ ਵੀ ਲਾ ਪਾਟੇ ਦੀ ਪਾਲਾ ਉਹ ਕਹਿੰਦਾ ਚੰਗਾ ਉਹ ਪੜੋਲੀ ਵਾਲ ਨੂੰ ਗਿਆ ਨਾ ਤੇ ਪੜੋਲੀ ਦਾ ਜਾਦੂਨੇ ਜਾ ਕੇ ਟੱਕਣ ਚੱਕਿਆ ਪੜੋਲੀ ਖਾਲੀ ਐਨੇ ਚੋਤੋਂ ਬੀਬੀ ਵੀ ਆ ਗਈ ਕਹਿੰਦੀ ਆ ਕਿ ਤੂੰ ਸਾਰਾ ਕੱਢ ਲਿਆ ਤੈਨੂੰ ਕਿਹਾ ਸੀ ਇੱਕ ਲੱਪ ਲਈ ਉਹਦੇ ਕੋਲ ਬੁਝਕੀ ਫੜੀ ਉਹ ਸਾਰੀ ਪੜੋਲੀ ਚ ਝਾੜ ਕੇ ਤੇ ਇੱਕ ਬੁੱਕ ਭਰ ਕੇ ਉਹਨੂੰ ਕਹਿੰਦੀ ਲੈ ਫੋ ਤੈਸ਼ ਕਰ